अस्सलामुअलैकुम। मेरा नाम यूसुफ आज मैं देवी फाटका से रहने हैं। मैं ना अज साइकिल ते दिगा ते मैं इधर भीड़ मोड़ ते खड़ा दिगा और ना इधर बुला रहे थे मैंने। मैं उन्होंने कोले चला गया। उन्होंने क्या आ जा उन्होंने है क्या भी आ जा तन चीजें तो अगर लेके आई है। उन्होंने मैनू धक्के नाल मैंने कहा नहीं नहीं है। उन्होंने मैनू धक्के नाल ना मोटरसाइकिल ते बिठा लिया। मैंने तो उन्होंने दंदी वड्डी मैं भजे आया उन्होंने तो छुट के। फिर मैं घर आके इन्ना डर गया तीगा तेने रोला नहीं पाया उसने पाया तीगा सारे ने इकट्ठे हो गए तीगे जदी तेने छड़ाया कि नहीं सीगा ओ आ देखो इन्होंने इन्होंने छड़ाया सीगा की नाम है ना वो अख्तर अख्तर ने छड़ाया जिन्हें चिक्किया थे किन्ने जने सी दो जाने कादे प्राइस है मोटरसाइकिल थे। मलेरकोटला का रहने वाला ए मुहम्मद यूसुफ बीती रात अगवा होने तो मसा ही बचा है। बीती रात यूसुफ ते नजमा नामी एक होर बच्ची नू दो नौजवानों वालों अगवा करन दी कोशिश की गई जिन्हां नू स्थानक मोहल्ला वासियां ने काबू कर लिया। इस संबंधी जानकारी देते हुए स्थानक मधेवी रोड वासी मोहम्मद सलीम ने दसिया कि बीती रात उन्होंने भतीजा ते भतीजी गली विच खेड रहे सी। इस दौरान दो नौजवानों वालों बच्चों नू लालच दे के अपने नाल लै के जाने की कोशिश की गई पर बच्चों ते मोहल्ला वासियां दी होशियारी नाल उक्त नौजवानों नू काबू कर लिया गया। मसला अज मसला यह होया सी साडा बेटा अज बीही दे मोड़ उपर सैकल चलांदा फिरदा सी। उसनू दो बंदे आए अनपछाते उन्हूं बुला के लालच दे के उसनू चक रहे थे चक के भजन की कोशिश करी। उस बच्चे ने साडे ने उसके हथ दे दंदी वढ़ती। उस तो बाद छड़ा के भज गया। भज के जाके उन्हें रौला पाया। रौला पाउन तो बाद सारे महलेदार इकट्ठे हो गए उस दो चोर जानां नू फड़ के ते सिटी 1-2 च लियांदा जी। बच्चे दी किन्नी जी उम्र? एक बच्चे की हैगी 10 साल की, एक गुड़िया की हैगी 12 साल की जी। रिपोर्ट दर्ज करा के समा दिते गए ने। वेरीफाई करके फिर छड़ांगे। हाँ जी बंदे साडे पहचान च आ गए जी। ਇਹ ਆਪਣੇ ਹੈਗੇ ਜੀ ਆਪਣੇ ਇੱਕ ਤਾਂ ਮੁੰਡਾ ਚੋਰ ਮਾਰਾਂ ਚੋਂ ਕਹਿ ਰਿਹਾ ਮੈਂ, ਇੱਕ ਕਹਿ ਰਿਹਾ ਆਪਣੇ ਕੋਲੋਂ ਗੁੱਟੂ ਵਾਲੇ ਕਬਰਸਤਾਨ ਕੋਲੋਂ ਈਦਗਾਹ ਕੋਲ ਉੱਥੋਂ ਕਹਿ ਰਿਹਾ ਮੈਂ ਉੱਥੇ ਰਹਿਣਾ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੇ ਹੀ ਮੰਗ ਕਰਦੇ ਵੀ ਜਿਹੜੇ ਚੋਰ ਲਟੇਰੀਆਂ ਕਰਦੇ ਨੇ ਕਿਸੇ ਬੱਚੇ ਨਾਲ ਜਾਤੀ ਕਰਦੇ ਨੇ ਇਸ ਨੂੰ ਨਖੇਤ ਪਾਈ ਜਾਵੇ ਵੀ ਕਿਸੇ ਦੇ ਬੱਚੇ ਦਾ ਹੋਰ ਨਾ ਨੁਕਸਾਨ ਹੋਵੇ ਜਾਨੀ ਨੁਕਸਾਨ ਬੱਚੇ ਦਾ। ਅੱਜ ਕੱਲ੍ਹ ਬੱਚੇ ਮਸਾਂ ਮਿਲਦੇ ਨੇ ਮਸਾਂ ਪਾਲੇ ਜਾਂਦੇ ਨੇ ਇਸ ਕਰਕੇ ਵੀ ਇਹਦੇ ਉੱਪਰ ਸਰਕਾਰ ਨਿੰਦਾ ਕਰੇ ਵੱਧ ਤੋਂ ਵੱਧ ਕੋਸ਼ਿਸ਼ ਕਰੇ ਵੀ ਇਹਨਾਂ ਨੂੰ ਨਖੇਤ ਪਾਈ ਜਾਵੇ ਜੀ। ਸਾਡਾ ਘਰ ਮਦੇਵ ਫਾਟਕਾ ਕੋਲ ਆ। ਅਸੀਂ ਮਸੀਤ ਜਾਂਦੇ ਸੀ ਪੜ੍ਹਨ। ਸਾਨੂੰ ਉਹ ਬੰਦੇ ਬੁਲਾਉਂਦੇ ਸੀ ਮੇਰੇ ਭਾਈ ਨੂੰ ਕਹਿੰਦੇ ਵੀ ਆ ਜਾ ਪੈਸੇ ਦੇਵਾਂ ਸਾਨੂੰ ਕਹਿੰਦੇ ਮੈਨੂੰ ਕਹਿੰਦੇ ਵੀ ਵੀ ਅੰਦਰ ਜਾ। ਅਸੀਂ ਮੈਂ ਡਰ ਦੇ ਮਾਰੇ ਉਹਨੂੰ ਅੰਦਰ ਲੈ ਕੇ ਚਲੀ ਗਈ। ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ? ਹਾਂਜੀ ਉਹ ਸਾਨੂੰ ਚੱਕਣ ਦੀ ਕੋਸ਼ਿਸ਼ ਕਰਦੇ ਸੀ ਫਿਰ ਅਸੀਂ ਡਰ ਦੇ ਮਾਰੇ ਅੰਦਰ ਚਲੇ ਗਏ ਸੀਗੇ। ਤੁਹਾਨੂੰ ਚੱਕ ਕੇ ਮੋਟਰਸਾਈਕਲ ਤੇ ਬਿਠਾਇਆ ਸੀ? ਨਹੀਂ ਜੀ ਸਾਨੂੰ ਪੈਸੇ ਦੀ ਲਾਲਚ ਦਿੰਦੇ ਸੀਗੇ। ਉੱਥੇ ਮੁਹੱਲਾ ਵਾਸੀਆਂ ਵੱਲੋਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂਜੀ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਵੱਲੋਂ ਮੁਹੰਮਦ ਸਲੀਮ ਜੋ ਕਿ ਮਦੇਵੀ ਰੋਡ ਮਲੇਰਕੋਟਲਾ ਦਾ ਰਹਿਣ ਵਾਲਾ, ਇਹਨੇ ਜਿਹੜੀ ਥਾਣੇ ਕੰਪਲੇਂਟ ਦਿੱਤੀ ਸੀ ਜਿਸ ਦੇ ਵਿੱਚ ਇਹਨੇ ਦੱਸਿਆ ਕਿ ਵੀ ਇਹਦੇ ਦੋ ਬੱਚੇ ਸੀਗੇ ਜਿਨ੍ਹਾਂ ਨੂੰ ਦੋ ਬੰਦਿਆਂ ਨੇ ਮੋਟਰਸਾਈਕਲ 'ਤੇ ਲਾਲਚ ਦੇ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ, ਲੈ ਕੇ ਨਹੀਂ ਗਏ। ਅਤੇ ਇਸ ਸੰਬੰਧ ਦੇ ਵਿੱਚ ਅਸੀਂ ਜਿਹੜੇ ਉਹ ਦੋ ਬੰਦੇ ਸੀਗੇ ਜੋ ਕਿ ਇੱਕ ਦਾ ਨਾਮ ਦੀਪਕ ਕੁਮਾਰ ਜੋ ਕਿ ਰਵਿਦਾਸ ਨਗਰ ਮਲੇਰਕੋਟਲਾ ਦਾ ਰਹਿਣ ਵਾਲਾ ਅਤੇ ਦੂਸਰੇ ਦਾ ਨਾਮ ਰਮਜਾਨ ਸਨ ਆਫ ਅਬਦੁਲ ਅਜੀਜ਼, ਅਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸੀ ਇਹ ਲਿਆਂਦਾ ਹੈਗਾ ਅਤੇ ਜਿਹੜੀ ਅਸੀਂ ਇਸ ਸੰਬੰਧੀ ਜਿਹੜੀ ਪੁੱਛ ਪੜਤਾਲ ਕਰ ਰਹੇ ਹੈਗੇ ਅਤੇ ਜਿਹੜੀ ਪੜਤਾਲ ਤੋਂ ਬਾਅਦ ਅਸੀਂ ਜਿਹੜੀ ਕਾਰਵਾਈ ਹੈਗੀ ਉਹ ਅਮਲ ਵਿੱਚ ਲਿਆਵਾਂਗੇ। ਨਜ਼ਦੀਕੀ ਇਲਾਕੇ ਅੰਦਰ ਵਾਪਰੀ ਹੈਰਾਨ ਕਰ ਦੇਣ ਵਾਲੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅੰਦਰ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਲੇਰਕੋਟਲਾ ਤੋਂ ਮੁਹੰਮਦ ਯਾਸੀਨ ਦੀ ਰਿਪੋਰਟ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।